ਦਾ ਸ਼ੁਕਰਾਨਾ ਜਿਨ੍ਹਾਂ ਦੀ ਬਦੌਲਤ ਅਸੀਂ ਫਿਰ ਤੋਂ ਸੈਲੀਬ੍ਰੇਟ ਕਰ ਰਹੇ ਹਾਂ ਮੇਲੇ। ਲਾਸਟ ਈਅਰ ਜਿਹੜਾ ਅਸੀਂ ਸਪੈਂਡ ਕੀਤਾ ਬੈਡ ਸੈਡ ਸੀਗਾ, ਅੱਜ ਵੀ ਵੈਦਰ ਥੋੜ੍ਹਾ ਬਾਰਿਸ਼ ਕਰਕੇ ਹੋ ਰਿਹਾ ਸੀ ਚੇਂਜ, ਬਟ ਫਿਰ ਵੀ ਵਾਹਿਗੁਰੂ ਜੀ ਨੇ ਕੀਤਾ ਕਿ ਅਸੀਂ ਮੇਲਾ ਨਾ ਨਾ ਆਪਾਂ ਨੂੰ ਲੋੜ ਹੀ ਨਹੀਂ, ਆਪਾਂ ਬੰਦ ਕਰਕੇ ਗਾਉਣ ਵਾਲੇ ਬੰਦਿਆਂ 'ਚ ਆਪਾਂ ਕਿਹੜਾ ਸਾਜੀ ਸਾਜਾਂ ਨਾਲ ਗਾਉਣ ਵਾਲੇ ਕਲਾਕਾਰ ਹੋਰ ਹੁੰਦੇ ਆ, ਆਪਾਂ ਨੂੰ ਵੈਸੇ ਹੀ ਬਖਸ਼ੀ ਭਾਈ ਦਾ ਆਸ਼ੀਰਵਾਦ ਹੈ। ਅੱਛਾ, ਮੈਂ ਚਾਹੁੰਦਾ ਇੱਕ ਸਾਊਂਡ 'ਤੇ ਮੇਲੇ ਦੇ ਨਾਂ 'ਤੇ ਤਾੜੀ, ਸਾਊਂਡ ਮਜੀਸ਼ੀਅਨ 'ਤੇ ਮੇਲੇ ਦੇ ਨਾਂ 'ਤੇ ਤਾੜੀ। ਗੱਲਾਂ ਸਾਡੀਆਂ ਜਿੰਨੀਆਂ ਵੀ ਹੁੰਦੀਆਂ ਤੁਹਾਨੂੰ ਪਤਾ ਜ਼ਿਆਦੀਆਂ ਬੈਨ ਹੋਣ ਵਾਲੀਆਂ ਹੁੰਦੀਆਂ। ਬਖਸ਼ੀ ਭਾਅ ਜੀ ਇੱਕ ਗੱਲ ਵੱਲ ਧਿਆਨ ਦਿਓ, ਭਾਅ ਜੀ ਰਿਪੀਟ ਦੇ ਦਿਓ ਪਲੀਜ਼। ਕਿ ਕਈਆਂ ਪਿੰਡਾਂ ਵਿੱਚ ਪੰਜ ਸੱਤ ਗੁਰੂ ਘਰ ਆਪੇ, ਸੋਚ ਲਓ ਕਿੰਨਾ ਕੁ ਏਕਾ ਹੋਊਗਾ। ਆ ਕਿਸੇ ਵੀ ਧਰਮ ਦੇ ਜੋ ਪਾੜਦਾ ਗ੍ਰੰਥ ਨੋਟ ਕਰ ਲੋ ਕੇ ਇੱਕ ਦਿਨ ਰਹੂਗਾ। ਰਿਪੀਟ ਦੇ ਦਿਓ ਭਾਜੀ। ਕਿ ਕਈਆਂ ਪਿੰਡਾਂ ਵਿੱਚ ਪੰਜ ਸੱਤ ਗੁਰੂ ਘਰ ਆਪੇ, ਸੋਚ ਲੋ ਕਿੰਨਾ ਕੁ ਏਕਾ ਹੋਊਗਾ। ਆ ਕਿਸੇ ਵੀ ਧਰਮ ਦੇ ਜੋ ਪਾੜਦਾ ਗ੍ਰੰਥ ਨੋਟ ਕਰ ਲੋ ਕੇ ਇੱਕ ਦਿਨ ਰਹੂਗਾ। ਉਹ ਕਿਵੇਂ ਭਲਾ ਦੱਸੋ ਮੰਗੂ ਪਿੰਡ ਦਾ, ਓਏ ਹੁੰਦਾ ਪੰਚਾਇਤੀ ਜਿਹੜਾ ਕੰਮ ਰੋਕਦੇ, ਉਹਨਾਂ ਦੀ ਵਜ੍ਹਾ ਨਾ ਅੱਜ ਲੱਗੇ ਧਰਨੇ। ਆ ਜਿੰਨਾ ਲੀਡਰ ਵਾਲੀ ਰਹੇ ਤਾੜੀ ਠੋਕਦੇ, ਉਹਨਾਂ ਦੀ ਵਜ੍ਹਾ ਨਾ ਅੱਜ ਲੱਗੇ ਧਰਨੇ। ਓ ਜਿੰਨਾ ਲੀਡਰ ਵਾਲੀ ਰਹੇ ਤਾੜੀ ਠੋਕਦੇ। ਆ ਹੁੰਦਾ ਪਿਆਰ, ਆਪਾਂ ਨੂੰ ਲੋੜ ਹੀ ਨੀ ਪੈਂਦੀ ਕਹਿਣ ਦੀ। ਕਿ ਨੂੰ ਪੁੱਤ ਪੋਤਰਿਆਂ ਕੀਤੀ ਨੀ ਕਦਰ, ਬਾਪੂ ਖੁਦ ਖੁਸ਼ੀ ਕਰਕੇ ਸੀ ਮੁੱਕਿਆ। ਆ ਪਿੱਟ ਪਿੱਟ ਨੀਲ ਪਹੁਣ ਸਾਹਮਣੇ ਲੋਕਾਂ ਦੇ, ਪਰ ਸੱਚ ਨੀ ਕਿਸੇ ਤੋਂ ਕਦੇ ਲੁਕਿਆ। ਬਈ ਧੱਕੇ ਦੇ ਕੇ ਬਾਪੂ ਜੀ ਨੂੰ ਘਰੋਂ ਕੱਢ ਕੇ, ਮੈਂ ਘਰ ਚ ਕਰਾਉਂਦੇ ਵੇਖੇ ਸਹਿਜ ਪਾਠ ਜੀ। ਆ ਕੁੱਖ ਚ ਮਰਾ ਕੇ ਧੀਆਂ ਪੁੱਤ ਭਾਲਦੇ, ਇਹਦੇ ਨਾਲੋਂ ਵੱਡਾ ਦੱਸੋ ਕਿਹੜਾ ਬਾਪ ਜੀ। ਤੇ ਆਪਣੇ ਮੁੰਡੇ ਦੇ ਸਾਰੇ ਐਬ ਨੇ ਛਪਾਉਂਦੇ, ਪਰ ਤੀਲੀ ਪਰਾਉਣਾ ਸਾਊ ਲੱਭਦੇ। ਆਪਣੇ ਮੁੰਡੇ ਦੇ ਸਾਰੇ ਐਬ ਛਪਾਉਂਦੇ ਆ ਤਾਣੇਵਾਲ ਸਾਹਿਬ, ਪਰ ਜਦੋਂ ਅਸੀਂ ਆਪਣੀ ਭੈਣ ਨੂੰ ਵਿਆਹੁਣਾ ਹੁੰਦਾ, ਧੀ ਨੂੰ ਵਿਆਹੁਣਾ ਹੁੰਦਾ, ਅਸੀਂ ਕਿੰਨੀ ਇਨਕੁਆਇਰੀ ਕਰਦੇ ਹਾਂ ਵਿਚੋਲਿਆਂ ਨੂੰ, ਕਿਆ ਹੋ ਗਿਆ। ਕਿ ਆਪਣੇ ਮੁੰਡੇ ਦੇ ਸਾਰੇ ਐਬ ਨੇ ਛਪਾਉਂਦੇ, ਪਰ ਤੀਲੀ ਪਰਾਉਣਾ ਸਾਊ ਲੱਭਦੇ। ਉਹ ਵੀ ਕਲਾਕਾਰ ਬਹੁਤੀ ਕੱਢਦੇ ਨੀ ਕਾਢ, ਜਿਹੜੇ ਟਾਈਮ ਨੀ ਰਿਆਜ ਲਈ ਵੀ ਕੱਢਦੇ। ਆ ਸੂਰਜ ਚੰਡੇਰ ਬੜਾ ਦੁੱਖ ਲੱਗਦਾ, ਸੱਚ ਗਾ ਕੇ ਮੂੰਹੋਂ ਮੰਗੀਏ ਜੇ ਤਾੜੀਆਂ, ਉਹਦੀ ਚਿੱਟੀ ਦਾੜੀ ਨੀ ਕੋਈ ਮਾਇਨੇ ਰੱਖਦੀ, ਜਿਹੜਾ ਸਾਲਾ ਕਰੇ ਕਰੇ ਤੂਤਾਂ ਕਾਲੀਆਂ। ਆ ਲੱਖਾਂ ਹੀ ਗਰੀਬਾਂ ਦਾ ਕਈ ਮਾਰ ਮਾਰ ਹੱਕ ਵੇਖੇ, ਨੈਟ ਉੱਤੇ ਕਰਦੇ ਮੈਂ ਦਾਨ ਜੀ। ਲੱਖਾਂ ਹੀ ਗਰੀਬਾਂ ਦਾ ਕਈ ਮਾਰ ਮਾਰ ਹੱਕ ਵੇਖੇ, ਨੈਟ ਉੱਤੇ ਕਰਦੇ ਮੈਂ ਦਾਨ ਜੀ। ਤੇ ਦਿਨ ਦੀ ਵੀ ਇੱਥੇ ਰੇਬ ਮੰਦਰਾਂ ਚ ਹੁੰਦੇ, ਕਿਵੇਂ ਲਿਖਾਂ ਮੇਰਾ ਭਾਰਤ ਮਹਾਨ ਜੀ। ਬਹੁਤੇ ਗਾਣਿਆਂ ਚ ਗੋਲੀ ਘਟਾ ਚੱਲਦਾ, ਆ ਟਾਵਾਂ ਟਾਵਾਂ ਗੱਲ ਇਤਿਹਾਸ ਦੀ ਕਰੇ, ਉਹਨਾਂ ਬਾਰੇ ਥੋੜਾ ਜਿਹਾ ਪਾਓ ਚਾਨਣਾ। ਆ ਜਿਹੜੇ 47 ਤੇ 84 ਚ ਮਰੇ, ਉਹਨਾਂ ਬਾਰੇ ਥੋੜਾ ਜਿਹਾ ਪਾਓ ਚਾਨਣਾ। ਆ ਜਿਹੜੇ 47 ਤੇ 84 ਚ ਮਰੇ। ਮੈਂ ਚਾਹੁੰਦਾ ਮੇਰੇ ਰਿਸਪੈਕਟਡ ਰੂਹਾਂ ਇੱਥੇ ਜਿਹੜੀਆਂ ਪ੍ਰੈਜੈਂਟ ਨੇ, ਬਾਲਾ ਬਤਾਲਾ ਸਾਹਿਬ, ਸੱਤਾ ਕੋਟਲੀ ਵਾਲਾ ਭਾਜੀ, ਤੇ ਗੁੱਜੇ ਗੁੱਜੇ ਜੇ ਰਾਈਟਰ ਸਾਡੇ ਬਖਸ਼ੀ ਥਾਣੇਵਾਲ ਸਾਹਿਬ, ਇਹਨਾਂ ਦੇ ਨਾਂ ਤੇ ਵੀ ਤਾੜੀ ਮਾਰੋ, ਥੈਂਕ ਯੂ ਸੋ ਮਚ। ਅਜੇ ਹਾਲੇ ਕਹਿੰਦੇ ਮਜੀਸ਼ੀਅਨ ਲਵਾਤੇ ਆ, ਮੈਂ ਕਿਹਾ ਮਜੀਸ਼ੀਅਨ ਸਾਡੇ ਆਪਣੇ ਹੀ ਆ, ਭਰਾ ਆ, ਆਪਾਂ ਨੂੰ ਵੈਸੇ ਲੋੜ ਹੀ ਨਹੀਂ ਹੁੰਦੀ। ਮੇਰਾ ਮੈਟਰ ਇੱਦਾਂ ਦਾ ਹੁੰਦਾ, ਮੈਨੂੰ ਕਿਸੇ ਨੇ ਕਮੈਂਟ ਕੀਤਾ ਬਾਈ ਤੂੰ ਲਿਖਦਾ ਸੋਹਣਾ ਆ, ਬਾਈ ਬੈਠਾ ਹੋਇਆ ਗੁਲਾਬ ਵੀਰਾ, ਬਾਈ ਦੀ ਨੇਚਰ ਬਹੁਤ ਵਧੀਆ, ਬਾਈ ਦਾ ਆਇਆ ਹੀ ਤਾਂ ਗਾਣਾ ਬਾਈ ਬਾਈ ਕਹਿੰਦੀ ਦੁਨੀਆ, ਤੇ ਮੇਰਾ ਵੀ ਸਿੱਧੂ ਵੀਰੇ ਨੇ ਜਿਹੜਾ ਆ ਰਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ। ਕਿਸੇ ਨੇ ਕਮੈਂਟ ਕੀਤਾ ਬਾਈ ਤੈਨੂੰ ਸਾ ਦਾ ਨਹੀਂ ਪਤਾ, ਤੈਨੂੰ ਗਾ ਦਾ ਨਹੀਂ ਪਤਾ, ਤੂੰ ਲਿਖਦਾ ਸੋਹਣਾ ਆ, ਗਾਉਣਾ ਸੋਹਣਾ ਆ, ਪਰ ਤੈਨੂੰ ਸਾ ਗਾ ਦਾ ਨਹੀਂ ਪਤਾ। ਮੈਂ ਭਰਾ ਦਾ ਰਿਪਲਾਈ ਕੀਤਾ ਕਮੈਂਟ ਦਾ, ਆ ਜਿਹੜੇ ਮੈਨੂੰ ਕਹਿਣ ਤੈਨੂੰ ਗਾਉਣਾ ਨਹੀਂ ਆਉਂਦਾ, ਕੋਈ ਝੂਠ ਨਹੀਂ ਉਹਨਾਂ ਦੀ ਗੱਲ ਸੱਚ ਆ। ਆ ਧੰਨਵਾਦ ਮੈਨੂੰ ਮੇਰੀ ਕਮੀ ਤੁਸੀਂ ਦੱਸੀ, ਮੈਨੂੰ ਗੁੱਸਾ ਨਹੀਂ ਬਾਈ ਜੀ, ਤੁਹਾਡਾ ਹੱਕ ਆ, ਜਿਹਦੀ ਤੁਸ਼ ਬੁੱਧੀ ਜਿੰਨਾ ਕਰਦੀ ਵਰਗੇ ਆ, ਭਾਵੇਂ ਉਹਨੂੰ ਉਸੇ ਹਿਸਾਬ ਨਾਲ ਸੁਝਾ ਦਈਦਾ। ਆ ਸਾ ਦਾ ਨਹੀਂ ਪਤਾ, ਭਾਵੇਂ ਗਾ ਦਾ ਨਹੀਂ ਪਤਾ, ਪਰ ਜਿੱਥੇ ਵੀ ਜਾਈਦਾ ਗਾ ਪਾ ਦਈਦਾ। ਮੈਂ ਕਦੋਂ ਆਖਾਂ ਕਿ ਮੈਂ ਬਹੁਤ ਕੁਝ ਜਾਣਦਾ, ਮੇਰਾ ਕੋਈ ਵੀ ਵੀਡੀਓ ਦਿਖਾ ਦੋ ਜਿੱਥੇ ਮੈਂ ਕਿਹਾ ਹੋਵੇ ਮੈਂ ਸਿੰਗਰ ਆ। ਮੈਂ ਕਦੋਂ ਆਖਾਂ ਕਿ ਮੈਂ ਬਹੁਤ ਕੁਝ ਜਾਣਦਾ, ਸੂਰਜ ਚੰਡੇਰ ਫੈਨ ਮੂਸੇ ਵਾਲੇ ਸਾਣਦਾ। ਬਾਈ ਦੇ ਫੈਨ ਤਾਂ ਚਾਹੀਦੀ ਸੀ ਤਾੜੀ, ਉਹਨਾਂ ਘੈਂਟ ਬੰਦਾ
ਮਿਲਿਓ ਮਿਲਣ ਤੇ ਪਤਾ ਲੱਗਦਾ ਕੌਣ ਕਿੱਦਾਂ ਦਾ। ਇੱਦਾਂ ਨਹੀਂ ਕਿਸੇ ਨੂੰ ਜੱਜ ਕਰਨਾ ਚਾਹੀਦਾ, ਤੁਸੀਂ ਪਹਿਰਾਵੇ ਤੋਂ ਜੱਜ ਕਰਦੇ ਹੋ। ਸੋਸ਼ਲ ਮੀਡੀਆ ਤੇ ਕਿੰਨੇ ਲੋਕ ਬੈਠੇ ਜਿਹੜਾ ਕਹਿੰਦਾ ਉਹ ਐ ਆ ਆ ਆ, ਪਰ ਮੈਂ ਕਦੋਂ ਆਖਾਂ ਕਿ ਮੈਂ ਬਹੁਤ ਕੁਝ ਜਾਣਦਾ। ਆ ਸੂਰਜ ਚੰਡੇਰ ਫੈਣ ਮੂਸੇ ਵਾਲੇ ਸਾਣ ਦਾ, ਮਿਹਨਤ ਮੇਰੀ ਨੂੰ ਭਾਗ ਲੱਗੂਗਾ ਜ਼ਰੂਰ। ਨਾਮ ਬਾਬਾ ਜੀ ਦਾ ਲੈ ਕੇ ਸਿਰਾ ਲਾ ਦੇਈ ਦਾ, ਬਈ ਸਾ ਦਾ ਨੀ ਪਤਾ ਭਾਵੇਂ ਗਾ ਦਾ ਨੀ ਪਤਾ, ਪਰ ਜਿੱਥੇ ਵੀ ਜਾਈਦਾ ਗਾ ਪਾ ਦੇਈ ਦਾ। ਵੀਰੇ ਦੇ ਨਾਂ ਤੇ ਤਾੜੀ ਮਾਰੋ, ਵੀਰਾ ਘੈਂਟ ਗਾ ਕੇ ਗਿਆ ਸੀ। ਵੀਰੇ ਤੁਸੀਂ ਜਿਹੜੇ ਗਾਣੇ ਚੂਜ਼ ਕੀਤੇ ਸੀ ਨਾ, ਉਹਨਾਂ ਲਈ ਗਲਾ ਬਹੁਤ ਵੱਡਾ ਚਾਹੀਦਾ। ਕਹਿੰਦਾ ਮੁੰਡਾ ਪੁੱਛਦਾ ਹੁੰਦਾ ਸੀ ਰੋਕ ਰੋਕ ਕੇ, ਨੀ ਉਦੋਂ ਦਿੰਦੀ ਸੀ ਜਵਾਬ ਠੋਕ ਠੋਕ ਕੇ। ਸਾਡੀ ਵੇਖ ਕੇ ਚੜਾਈ ਪਿੱਛੇ ਪਿੱਛੇ ਜਾਵੇਂ ਆਈ, ਸਾਡੀ ਵੇਖ ਕੇ ਚੜਾਈ ਪਿੱਛੇ ਪਿੱਛੇ ਜਾਵੇਂ ਆਈ। ਮਾੜੇ ਸਮੇਂ ਚ ਤੂੰ ਡਾਉਂਦੀ ਸੀ ਮਜ਼ਾਕ ਅਲੜੇ, ਨੀ ਤੇਰੀ ਈਗੋ ਐਟੀਟਿਊਡ ਨੇ ਜਵਾਨੀ ਖਾ ਲਈ, ਤੇ ਮੇਰੇ ਤਿੰਨ ਚਾਰ ਹੋ ਗਿਆ ਜਵਾਕ ਅਲੜੇ। ਕੁੜੀ ਕਹਿੰਦੀ ਆਈ ਡੋਂਟ ਲਾਈਕ, ਮੁੰਡਾ ਵਿਆਹਿਆ ਜਾਂਦਾ ਉਦਾਂ ਦੀ ਰਹਿ ਜਾਂਦੀ, ਫਿਰ ਮਿਲ ਕੇ ਕਹਿੰਦਾ ਉਹਨੂੰ। ਅੱਛਾ ਇੱਕ ਗਾਣਾ, ਕਹਿੰਦੇ ਤੂੰ ਸੋਹਣਾ ਨਹੀਂ ਹੈ, ਮੈਨੂੰ ਵੀ ਪਤਾ ਮੈਂ ਸੋਹਣਾ ਨਹੀਂ, ਬਟ ਮੇਰੇ ਮੰਮਾ ਕਹਿੰਦੇ ਤੂੰ ਬਹੁਤ ਸੋਹਣਾ, ਹਰ ਇੱਕ ਦੇ ਮੰਮਾ ਕਹਿੰਦੇ ਆ। ਮੈਂ ਉਹ ਲਿਖਿਆ ਸੀ ਕਿ ਚੱਲੇ ਨਾ ਸੱਟੇ ਜਾਏ ਉੱਤੇ ਲਿਪ ਸਿੰਘ ਵੀਰੇ, ਆ ਚੱਲੇ ਨਾ ਸੱਟੇ ਜਾਏ ਉੱਤੇ ਲਿਪ ਸਿੰਘ ਵੀਰੇ, ਇੱਥੇ ਹਿੱਕ ਵਾਲੀ ਜ਼ੋਰ ਨਾਲ ਗਾਉਣਾ ਪੈਂਦਾ ਏ। ਉਹ ਮੇਕਅਪ ਚਿਹਰਾ ਚਮਕਾ ਸਕਦਾ ਆ, ਪਰ ਨਾਮ ਮਿਹਨਤਾਂ ਨਾਲ ਚਮਕਾਉਣਾ ਪੈਂਦਾ ਏ। ਮਿਹਨਤ ਕਿਸੇ ਵੀ ਲਾਈਨ 'ਚ, ਹੁਣ ਜਿਹੜੇ ਭਰਾ ਆਰਮੀ 'ਚ ਹੁੰਦੇ ਕਿੰਨੀ ਮਿਹਨਤ ਕਰਦੇ, ਸਵੇਰੇ ਉੱਠ ਕੇ ਰਨਿੰਗ, ਸ਼ਾਮ ਨੂੰ ਰਨਿੰਗ, ਇਸ ਕਰਕੇ ਮਿਹਨਤ ਹੀ ਨਾਮ ਚਮਕਾਉਂਦੀ ਹੈ। ਜਿੰਨਾ ਕੁ ਮੈਨੂੰ ਕਿਹਾ ਸੀ ਮੈਂ ਉਨਾ ਕੁ ਗਾ ਲਿਆ। ਸੋ ਗੁਸਤਾਖੀ ਮਾਫ ਕਿਸੇ ਭੈਣ ਭਰਾ ਦਾ, ਮੇਰੇ ਕਿਸੇ ਲਿਰਿਕਸ ਤੋਂ ਦਿਲ ਦੁਖਿਆ ਹੋਵੇ। ਮੇਰੇ ਨਾਲ ਇੱਕ ਭਰਾ ਆਇਆ ਹੋਇਆ ਮੇਰਾ, ਲਵਲੀ ਕੁਹਾਲੀ, ਬਾਈ ਇੰਨਾ ਫਨੀ, ਇੰਨੀ ਵਧੀਆ ਨੇਚਰ। ਮੈਂ ਚਾਹੁੰਦਾ ਲਵਲੀ ਇੱਕ ਵਾਰੀ ਆ, ਤੈਨੂੰ ਮੈਂ ਪੇਸ਼ ਕਰਾਉਣਾ। ਮੁੰਡੇ ਦੇ ਨਾਂ ਤੇ ਤਾੜੀ ਮਾਰੋ, ਲਵਲੀ ਕੁਹਾਲੀ ਇੰਸਟਾਗ੍ਰਾਮ ਦੇ ਫੋਲੋਵਰ ਦੇਖਿਓ ਇਹਦੇ। ਜੇ ਮੈਨੂੰ ਬਾਅਦ ਕਿਹਾ ਭਾਜੀ ਹੋਣਾ, ਫਿਰ ਮੈਂ ਆਊਂਗਾ ਵਿਦ ਮਿਊਜ਼ਿਕ, ਪਰ ਮੈਂ ਚਾਹੁੰਦਾ ਇੱਕ ਵਾਰੀ ਲਵਲੀ ਨੂੰ ਦਿੱਤਾ ਜਾਵੇ ਮੌਕਾ। ਆ ਜਾਓ ਤਾੜੀ ਮਾਰੋ ਵੀਰੇ ਦੇ ਨਾਮ।